ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ, ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਆਰਜੇ ਰਾਜਵੀਰ ਕਲੇਕੇ। ਅੱਜ ਗੱਲ ਕਰਾਂਗਾ ਪੰਜਾਬੀ ਸੱਭਿਆਚਾਰ ਬਾਰੇ। ਗੱਲ ਹੈ ਪੁਰਾਣੇ ਸਮੇਂ ਦੀ। ਪੁਰਾਣੇ ਸਮੇਂ ਦੀਆਂ ਲੋੜਾਂ ਅੱਜ ਕੱਲ ਦੇ ਰੀਤੀ ਰਿਵਾਜ ਬਣ ਗਏ ਨੇ, ਕਿਸ ਤਰ੍ਹਾਂ ਆਓ ਜਾਣਦੇ ਹਾਂ। ਪੁਰਾਣੇ ਸਮੇਂ ਵਿੱਚ ਬਰਾਤਾਂ ਜੰਝਾਂ ਨੂੰ ਰਾਹਾਂ ਵਿੱਚ ਘੇਰ ਕੇ ਡਾਕੂ ਲੁੱਟ ਖੋ ਕਰ ਲੈਂਦੇ ਸੀ। ਇਸੇ ਕਰਕੇ ਹੀ ਲਾੜੇ ਦੇ ਹੱਥ ਵਿੱਚ ਆਪਦੀ ਰੱਖਿਆ ਖਾਤਰ ਗੱਡੇ ਦੇ ਲੱਕੜ ਵਾਲੇ ਪਹੀਆਂ ਤੇ ਪਾਣੀ ਪਾਇਆ ਜਾਂਦਾ ਸੀ, ਕਿਉਂਕਿ ਪਾਣੀ ਪੈਣ ਤੇ ਲੱਕੜ ਦੇ ਪਹੀਏ ਫੁੱਲ ਜਾਂਦੇ ਨੇ ਤੇ ਚੀਕੂ ਚੀਕੂ ਦੀ ਆਵਾਜ਼ ਨਹੀਂ ਕਰਦੇ। ਤੇ ਅੱਜ ਕੱਲ੍ਹ ਮੁਲਕ ਡਸਟਰ ਦੇ ਟਾਇਰਾਂ ਤੇ ਹੀ ਪਾਣੀ ਪਾਈ ਜਾਂਦਾ ਹੈ। ਮੁੱਕਦੀ ਗੱਲ ਇਹ ਆ ਕਿ ਪੁਰਾਣੇ ਵੇਲੇ ਦੀਆਂ ਲੋੜਾਂ ਅੱਜ ਦੇ ਸਮੇਂ ਵਿੱਚ ਸਾਡੇ ਰੀਤੀ ਰਿਵਾਜ਼ ਨੇ। ਸੋ ਇਹ ਸੀ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ। ਲਾੜੇ ਨੂੰ ਤਲਵਾਰ ਕਿਉਂ ਫੜਾਈ ਜਾਂਦੀ ਹੈ, ਲਾੜੇ ਦੇ ਨਾਲ ਸਰਬਾਲਾ ਕਿਉਂ ਹੁੰਦਾ ਹੈ ਤੇ ਬਰੂਹਾਂ ਦੇ ਵਿੱਚ ਤੇਲ ਕਿਉਂ ਚੋਇਆ ਜਾਂਦਾ ਹੈ ਤੇ ਡੋਲੀ ਦੇ ਸਮੇਂ ਗੱਡੀ ਦੇ ਟਾਇਰਾਂ ਤੇ ਪਾਣੀ ਕਿਉਂ ਪਾਇਆ ਜਾਂਦਾ ਹੈ। ਜਾਣਕਾਰੀ ਪਸੰਦ ਆਵੇ ਤਾਂ ਸਾਂਝੀ ਜ਼ਰੂਰ ਕਰਨਾ ਜੀ। ਧੰਨਵਾਦ ਦੋਸਤੋ।